ਹਾਂਜੀ ਸੰਗਤ ਜੀ, ਵੀਡੀਓ ਦੇਖੋ ਤਾਂ ਕਰ ਦਿਓ ਦੱਬ ਕੇ ਸ਼ੇਅਰ। ਹਾਲਾਤ ਕਿਹੋ ਜਿਹੇ ਹੋ ਗਏ ਨੇ ਸਮੇਂ ਦੇ ਕਿ ਇੱਕ ਗ੍ਰੰਥੀ ਸਿੰਘ ਨੂੰ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਨੀ ਪੈ ਗਈ। ਪਿਆਰਿਓ, ਕਾਹਦੀ ਅਰਦਾਸ? ਕਿ ਗੁਰੂ ਘਰ ਦੇ ਹਾਲਾਤ, ਗੁਰੂ ਘਰ ਦੇ ਪ੍ਰਧਾਨ ਬਾਰੇ, ਗੁਰੂ ਘਰ ਦੇ ਪ੍ਰਬੰਧ ਬਾਰੇ। ਅਤੇ ਤੁਸੀਂ ਵੀਡੀਓ ਦੇਖੋ ਅਤੇ ਦੇਖ ਕੇ ਤਰਸਯੋਗ ਹੈ। ਪੁਰਤਕਾਲ ਦੀ, ਵਿਦੇਸ਼ ਦੀ ਵੀਡੀਓ ਜਿਹੜੀ ਹੈ, ਗ੍ਰੰਥ ਸਿੰਘ ਨੇ ਨਾਮ ਲਿਆ ਹੋਇਆ ਸਾਰਾ ਕੁਝ ਇਹਦੇ ਵਿੱਚ, ਅਤੇ ਦੇਖ ਕੇ ਤੁਸੀਂ ਸ਼ੇਅਰ ਕਰ ਦਿਓ ਸਾਰੇ, ਅਤੇ ਕਮੈਂਟਾਂ ਦੇ ਵਿੱਚ ਵਿਚਾਰ ਦਿਓ ਜ਼ਰੂਰ ਕਿ ਸਮਾਂ ਕਿਹੋ ਜਿਹਾ ਆ ਗਿਆ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਗ੍ਰੰਥੀ ਸਿੰਘ ਦਾ ਦਰਦ ਹੈ ਮਹਾਰਾਜ, ਇਹ ਸਾਡੀ ਜੋ ਤਰਸਯੋਗ ਹਾਲਤ ਹੈ ਉਹ ਬਿਆਨ ਕੀਤੀ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਜੋ ਅਸਥਾਨ ਗੁਰਦੁਆਰਾ ਸਾਹਿਬ ਹੈ, ਇਹ ਪੁਰਤਕਾਲ ਦੀ ਧਰਤੀ ਤੇ ਪੋਰਤੋ ਸ਼ਹਿਰ ਦੇ ਵਿੱਚ ਹੈ, ਜਿੱਥੇ ਬਾਸ ਗ੍ਰੰਥੀ ਸਿੰਘ ਦੀ ਬਤੌਰ ਗੁਰੂ ਜੀ 2 ਸਾਲ ਤੋਂ ਨਿਭਾ ਰਿਹਾ ਹੈ ਮਹਾਰਾਜ, ਜਿੱਥੇ ਆਪ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਇਹ ਬੇਸਮੈਂਟ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ। ਅਣਜਾਣ ਸੰਗਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਘੁੰਮ ਰਹੀਆਂ ਹਨ, ਉੱਪਰ ਛੱਤ ਦੇ ਉੱਪਰ ਸਭ ਸੰਗਤਾਂ ਘੁੰਮ ਰਹੀਆਂ ਹਨ। ਸਤਿਗੁਰੂ ਆਪ ਜੀ ਦੇ ਚਰਨਾਂ ਵਿੱਚ, ਸਿੰਘ ਸਾਹਿਬਾਨ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਢੋਲ ਜਿੰਦਗੀਏ, ਉੱਥੇ ਨਾਲ ਸਤਿਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸਤਨਾਮ ਸਿੰਘ ਹਨ, ਸਤਿਗੁਰੂ ਸਾਹਿਬ ਉਹ ਅੰਮ੍ਰਿਤਪਾਲ ਨਹੀਂ ਕੀਤਾ ਹੋਇਆ ਸਤਿਗੁਰੂ, ਉਹਨਾਂ ਨੇ ਇੱਕ ਅੰਮ੍ਰਿਤਧਾਰੀ ਨਹੀਂ ਹਨ, ਇੱਕ ਸਤਿਗੁਰੂ ਸਾਹਿਬ ਉਹ ਬੀੜੀਆਂ ਸਿਗਰਟਾਂ ਤਮਾਕੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਗੁਰੂ ਘਰ ਦੇ ਪ੍ਰਧਾਨ ਹਨ। ਸਤਿਗੁਰੂ ਸਾਹਿਬ ਆਪ ਜੀ ਦੇ ਸਿੱਖ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਅਕਾਲ ਤਖ਼ਤ ਧਾਰੀ ਚਿੱਠੀ ਪਾਵਾਂਗਾ, ਤੇ ਅੱਗੋਂ ਜਵਾਬ ਆਇਆ ਸੀ ਸਤਨਾਮ ਸਿੰਘ ਵੱਲੋਂ, ਮੈਂ ਕਈ ਅਕਾਲ ਤਖ਼ਤ ਦੇਖੇ ਹਨ, ਹੇ ਮਹਾਰਾਜ ਤੇਰੇ ਅਕਾਲ ਤਖ਼ਤ ਨੂੰ ਅੱਜ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ, ਪਰ ਇਸ ਸਤਨਾਮ ਸਿੰਘ ਪ੍ਰਧਾਨ ਸੋਨੀ ਨੇ ਅਕਾਲ ਤਖ਼ਤ ਨੂੰ ਵੀ ਚੈਲੰਜ ਕੀਤਾ ਹੈ, ਤੇਰੇ ਗੁਰੂ ਘਰ ਦੇ ਵਧੀਕ ਸੇਵਾ ਨਾਲ ਕੁੱਕਰ ਨੂੰ ਗਾਲਾਂ ਕੱਢੀਆਂ ਹਨ, ਤੇਰੇ ਸਿੱਖ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਹੈ ਪਾਤਸ਼ਾਹ ਤੇ ਉਹਨਾਂ ਦੀ ਧਰਮ ਪਤਨੀ ਵੱਲੋਂ, ਤੇਰੇ ਸੇਵਕ ਦਾਸ ਦੀ ਪੱਗ ਲਾਉਣ ਦੀ ਧਮਕੀ ਦਿੱਤੀ ਗਈ ਹੈ ਕਿ ਅਸੀਂ ਗ੍ਰੰਥੀ ਸਿੰਘ ਦੀ ਪੱਗ ਚੜਾ ਲਈਏ। ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇਰੀ ਇਹ ਮੇਰੀ ਪੱਗ ਨਹੀਂ ਹੈ, ਇਹ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ, ਇਹ ਕੌਮ ਦੀ ਪੱਗ ਹੈ, ਅਸੀਂ ਦੱਸੋ ਕਿੱਥੇ ਆਪਣਾ ਦੁੱਧ ਖੋਲੀਏ, ਕਿਉਂ ਸਾਡੇ ਸਿਰ ਤੇ ਇਹ ਮਸਾਜ ਬਿਠਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ, ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤੇ। ਸਤਿਗੁਰੂ ਸਾਡਾ ਕੀ ਦੋਸ਼ ਹੈ? ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਵਿੱਚੋਂ ਸਮਾਨ ਲੈ ਕੇ ਨਾ ਜਾਓ, ਗੁਰੂ ਘਰ ਦਾ ਸਮਾਨ ਆਪਣੀਆਂ ਦੁਕਾਨਾਂ ਤੇ ਨਾ ਵੇਚੋ, ਇਹ ਦੋਸ਼ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਵੀਰ ਦਾ ਤਰਸ ਕਰ, ਰਹਿਮ ਕਰ। ਸੋਸ਼ਲ ਮੀਡੀਆ ਰਾਹੀਂ ਮੈਂ ਅਰਦਾਸ ਕਰਦਾ ਵਾਂ ਕਿ ਇਹ ਅੱਜ ਦੀ ਵੀਡੀਓ, ਅੱਜ ਦੀ ਮੇਰੀ ਅਰਦਾਸ ਸਤਿਗੁਰੂ ਸਿੰਘ ਸਾਹਿਬਾਨ ਗਿਆਨੀ ਰਘਵੀਰ ਸਿੰਘ ਤੱਕ ਪਹੁੰਚਦੀ ਹੋਵੇ ਤੇ ਮੈਨੂੰ ਇਨਸਾਫ਼ ਦਿੱਤਾ ਜਾਵੇ। ਸਤਿਗੁਰੂ ਸੰਗਤ ਜੀ, ਬਾਕੀ ਕਮੈਂਟਾਂ ਦੇ ਵਿੱਚ ਜਿਨ੍ਹਾਂ ਨੂੰ ਪੂਰੀ ਗੱਲ ਦਾ ਪਤਾ ਹੋਵੇ ਤੇ ਜਵਾਬ ਜ਼ਰੂਰ ਵਿਚਾਰ ਦਿਓ ਆਪਣੇ।